trocar aí o padeiro com meu mano. Fala de chocinho de essa tribo de lãs de Londres. Fala a frente para o tempo da. Fala aí de gasto fonda. Fala de um distrito de PCS. Fala moving legend. Fala de um distrito de. Esse college é estudante, esse college é teacher. Esse college é principal. Sabe, o cargo principal, Dr. Seth Ponson, de HOB Life Science, Dr. Pete Corgi, Dr. Sabe, HOB Security, de Arecatio, que me examina em cartel de PNC, o IGT para calçar, o IGT que fazer. Abre, Mahdi Galla, Dr. Sabe, de lei, que tu se adia, e você se situação não. ਤੁਸੀਂ ਅਪਣਾਇਆ ਉਸ ਇੰਸਟੀਟਿਊਸ਼ਨ ਦੇ ਵਿੱਚ ਤੁਸੀਂ ਆਪਣੇ ਜੀਵਨ ਦੀ ਜਿਹੜੀ ਹੈ ਸ਼ੁਰੂਆਤ ਹੈ ਜਿਹੜੀ ਉਹ ਕਰਨ ਲੱਗੇ ਹੋ ਜਿਹੜਾ 100 ਸਾਲ ਦਾ ਜਿਹਦਾ ਵਿਰਸਾ ਜਿਹਦਾ 100 ਸਾਲ ਦਾ ਇਤਿਹਾਸ ਹੈ ਜਦੋਂ ਬਹੁਤ ਲੰਬੇ ਸੰਘਰਸ਼ ਤੋਂ ਬਾਅਦ ਗੁਰਦੁਆਰਾ ਸੁਧਾਰ ਲੈਣ ਦੇ ਯਤਨਾਂ ਸਦਕਾ 1920 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਚ ਆਈ 1925 'ਚ ਸਰਕਾਰ ਨੂੰ ਗੁਰਦੁਆਰਾ ਐਕਟ ਬਣਾਉਣਾ ਪਿਆ ਉਸ ਤੋਂ ਬਾਅਦ ਉਸ ਲੰਬੇ ਸੰਘਰਸ਼ ਤੋਂ ਬਾਅਦ ਸਾਡੀ ਉਸ ਕੌਮ ਦੇ ਦਾਨਸ਼ਵਰ ਲੀਡਰਾਂ ਨੇ ਕੌਮ ਦੇ ਉਸ ਵਕਤ ਦੇ ਰਹਿਨੁਮਾ ਜਿਹੜੇ ਸੀ ਉਹਨਾਂ ਨੇ ਸੋਚਿਆ ਕਿ ਅਸੀਂ ਕੌਮ ਨੂੰ ਐਜੂਕੇਟ ਕਿਵੇਂ ਕਰਨਾ ਹੈ ਅਤੇ ਉਹਦੇ ਲਈ 1926 ਦੇ ਵਿੱਚ ਨਨਕਾਣਾ ਸਾਹਿਬ ਐਜੂਕੇਸ਼ਨ ਕਮੇਟੀ ਦੇ ਰੂਪ 'ਚ ਇਹ ਸਥਾਪਨਾ ਹੋਈ ਸੀ ਅਤੇ ਪਹਿਲਾ ਕਾਲਜ ਖਾਲਸਾ ਕਾਲਜ ਬੰਬੇ 'ਚ ਖੋਲ੍ਹਿਆ ਗਿਆ ਸੀ ਜਿਹੜਾ ਅੱਜ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਹਿਨੁਮਾਈ 'ਚ ਚੱਲਦਾ ਉਸ ਤੋਂ ਬਾਅਦ 1927 ਸ਼੍ਰੀ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਖੋਲ੍ਹਿਆ ਜਿੱਥੇ ਉਹਨਾਂ ਨੂੰ ਦੁਨਿਆਵੀ ਵਿੱਦਿਆ ਦਿੱਤੀ ਜਾਂਦੀ ਸੀ ਉੱਥੇ ਨਾਲ ਦੀ ਨਾਲ ਹੀ ਉਹਨਾਂ ਨੂੰ ਧਾਰਮਿਕ ਵਿੱਦਿਆ ਦੇ ਕੇ ਅਤੇ ਇੱਕ ਵਧੀਆ ਸਿੱਖ ਕੌਮ ਦੇ ਮਿਸ਼ਨਰੀ ਦੇ ਤੌਰ 'ਤੇ ਤਿਆਰ ਕਰਨ ਲਈ ਜਿਹੜੀ ਉਹ ਕਾਲਜ ਖੋਲ੍ਹਿਆ ਗਿਆ ਸੀ ਉਸ ਤੋਂ ਬਾਅਦ 'ਚ ਲੰਬੀ ਲਾਈਨ ਲੱਗੀ ਕਾਲਜਾਂ ਸਕੂਲਾਂ ਦੀ ਅਲੱਗ ਅਲੱਗ ਸੰਸਥਾਵਾਂ ਵੱਲੋਂ ਦੇਸ਼ ਦੀ ਵੰਡ ਹੋਈ ਅਤੇ ਉਹ ਬਹੁਤਾ ਜਿਹੜਾ ਸਾਡੇ ਅਦਾਰੇ ਸੀਗੇ ਉਹ ਸਾਰੇ ਪਾਕਿਸਤਾਨ ਦੇ ਵਿੱਚ ਰਹਿ ਗਏ ਫਿਰ ਦੁਬਾਰਾ ਕੌਮ ਦੇ ਦਾਨਸ਼ਵਰਾਂ ਨੇ ਸਿਰ ਜੋੜਿਆ ਅਤੇ ਬੈਠ ਕੇ 1957 ਦੇ ਵਿੱਚ ਇਹ ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ ਦੀ ਜਿਹੜੀ ਸਥਾਪਨਾ ਹੋਈ ਉਸ ਵਕਤ ਦੇ ਜਿਹੜੇ ਸਕੂਲਾਂ ਲੀਡਰ ਮਾਨਜਾ ਯਾਦਵਿੰਦਰ ਸਿੰਘ ਜੋ ਕਿ ਪਟਿਆਲੇ ਦੇ ਮਹਾਰਾਜਾ ਸਨ ਉਸ ਤੋਂ ਬਾਅਦ ਟੈਕਸੂ ਸਟੇਟ ਦੇ ਰਾਜ ਪ੍ਰਮੁੱਖ ਗਵਰਨਰ ਸਨ ਮਾਸਟਰ ਤਾਰਾ ਸਿੰਘ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਨ ਸਰ ਬਲਦੇਵ ਸਿੰਘ ਜੀ ਦੇਸ਼ ਦੇ ਰੱਖਿਆ ਮੰਤਰੀ ਸਨ ਸਰ ਸਵਰਨ ਸਿੰਘ ਜੀ ਕੇਂਦਰੀ ਮੰਤਰੀ ਸਨ ਉਦੋਂ ਰਾਜਕੁਮਾਰੀ ਅੰਮ੍ਰਿਤ ਕੌਰ ਉਹ ਵੀ ਯੂਨੀਅਨ ਹੈਲਥ ਮਿਨਿਸਟਰ ਸਨ ਜਿਨ੍ਹਾਂ ਨੇ ਏਮਜ਼ ਦੀ ਸਥਾਪਨਾ ਕੀਤੀ ਅਤੇ ਸਾਰੇ ਟਰੱਸਟੀ ਗਿਆਨੀ ਕਰਤਾਰ ਸਿੰਘ ਜੀ ਜੋ ਕਿ ਰੈਵਨਿਊ ਮਿਨਿਸਟਰ ਸਨ ਪੰਜਾਬ ਦੇ ਜਿਨ੍ਹਾਂ ਨੂੰ ਪੰਪ ਦਾ ਦਿਮਾਗ ਕਿਹਾ ਜਾਂਦਾ ਸੀ ਉਹਨਾਂ ਦੇ ਨਾਲ ਹੀ ਸਰ ਗਿਆਨ ਸਿੰਘ ਰਾਣੇਵਾਲਾ ਟਰੱਸਟੂ ਦੇ ਮੁੱਖ ਮੰਤਰੀ ਸਨ ਅਤੇ ਸਾਡੇ ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ ਦੇ ਪਹਿਲੇ ਸਕੱਤਰ ਵੀ ਉਹ ਸਨ ਸੋ ਇਹ ਸਾਰੇ ਦਾਨਸ਼ਵਰ ਜਿਹੜੇ ਇਕੱਠੇ ਹੋਏ ਅਤੇ ਗਿੱਲ ਪਿੰਡ ਦੇ ਉਦੋਂ ਦੇ ਵਸਨੀਕਾਂ ਨੇ ਸੁਪਨਾ ਲਿਆ ਕਿ ਜਿਹੜੀ ਇਹ ਧਰਤੀ ਹੈ ਜਿੱਥੇ ਆਪਾਂ ਅੱਜ ਇਕੱਠੇ ਹਾਂ ਇਹ 100 ਏਕੜ ਦੇ ਕਰੀਬ ਉਹਨਾਂ ਨੇ ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ ਨੂੰ ਦਾਨ ਦੇ ਰੂਪ ਦਿੱਤੀ ਤਾਂ ਦੇ ਵਿੱਚ ਜੋ
ਮੈਂ ਹਮੇਸ਼ਾ ਇਸ ਗੱਲ ਕਹਿੰਦਾ ਹੁੰਦਾ ਕਿ ਜ਼ਮੀਨਾਂ ਦੇ ਵਿੱਚ ਫਸਲਾਂ ਪੈਦਾ ਹੁੰਦੀਆਂ, ਪਰੰਤੂ ਗਿੱਲ ਪਿੰਡ ਦੇ ਉਹਨਾਂ ਨਿਵਾਸੀਆਂ ਨੇ ਫਸਲਾਂ ਪੈਦਾ ਕਰਨ ਲਈ ਨਹੀਂ ਸਗੋਂ ਨਸਲਾਂ ਪੈਦਾ ਕਰਨ ਦੇ ਲਈ ਇਹ ਜਿਹੜੀ ਇਸ ਜ਼ਮੀਨ ਨੂੰ ਦਾਨ ਦਿੱਤਾ। ਇਹ ਜਿਹੜੀ ਟਰੱਸਟ ਦੀ ਸਥਾਪਨਾ ਉਹਦੇ ਵਿੱਚ ਹੋਈ ਅਤੇ ਸਭ ਤੋਂ ਪਹਿਲਾਂ 1953 'ਚ ਹੀ ਗੁਰੂ ਨਾਨਕ ਦੇਵ ਪੋਲੀਟੈਕਨਿਕ ਬਣਿਆ ਅਤੇ 1956 ਦਾ ਮੁਬਾਰਕ ਦਿਨ ਆਇਆ 8 ਅਪ੍ਰੈਲ 1956 ਦਾ, ਜਦੋਂ ਉਸ ਵਕਤ ਦੇ ਦੇਸ਼ ਦੇ ਰਾਸ਼ਟਰਪਤੀ ਡਾਕਟਰ ਰਾਜਿੰਦਰ ਪ੍ਰਸਾਦ ਜੀ ਇਸ ਕਾਲਜ ਦਾ ਨੀਂਹ ਪੱਥਰ ਰੱਖਣ ਦੇ ਲਈ ਇੱਥੇ ਆਏ ਅਤੇ ਦੇਸ਼ ਦੀਆਂ ਵੱਖ ਵੱਖ ਸ਼ਖਸੀਅਤਾਂ, ਸਿੱਖ ਕੌਮ ਦੀਆਂ ਵੱਖ ਵੱਖ ਸ਼ਖਸੀਅਤਾਂ ਉਹ ਇੱਥੇ ਉਹਨਾਂ ਦੀ ਹਾਜ਼ਰੀ 'ਚ ਜਦੋਂ ਨੇ ਨੀਂਹ ਪੱਥਰ ਰੱਖਣ ਤੋਂ ਬਾਅਦ ਜਦੋਂ ਉਹਨਾਂ ਨੇ ਸਟੇਜ ਦੀ ਬਣਤਰ ਦੇਖੀ ਕਿ ਇਸ ਪਾਸੇ ਪੰਜਾਬ ਦਾ ਕਾਂਗਰਸ ਪਾਰਟੀ ਨਾਲ ਸੰਬੰਧਿਤ ਮੁੱਖ ਮੰਤਰੀ ਸਰ ਪ੍ਰਤਾਪ ਸਿੰਘ ਗਹਿਲੋਂ ਬੈਠਾ, ਦੂਜੇ ਪਾਸੇ ਪੈਪਸੂ ਸਟੇਟ ਦਾ ਮੁੱਖ ਮੰਤਰੀ ਅਕਾਲੀ ਪਾਰਟੀ ਨਾਲ ਸੰਬੰਧਿਤ ਸਰ ਗਿਆਨ ਸਿੰਘ ਰਾਲੇ ਵਾਲਾ ਬੈਠਾ, ਦੇਸ਼ ਦੀਆਂ ਨਾਮਵਰ ਸ਼ਖਸੀਅਤਾਂ ਜਿਹਨਾਂ ਦੇ ਮੈਂ ਪਹਿਲਾਂ ਜ਼ਿਕਰ ਕੀਤਾ ਉਹ ਸਾਰੀਆਂ ਬੈਠੀਆਂ ਅਤੇ ਡਾਕਟਰ ਰਾਜਿੰਦਰ ਪ੍ਰਸਾਦ ਨੇ ਕਿਹਾ ਕਿ ਵੀ ਇਹ ਕੌਮ ਦੇ ਇਹ ਨੇਤਾ ਕਿੰਨੇ ਮਹਾਨ ਹਨ ਕਿ ਵੱਖ ਵੱਖ ਪੋਲੀਟੀਕਲ ਅਫੀਲੀਏਸ਼ਨ ਹੈ, ਵੱਖ ਵੱਖ ਰਾਜਸੀ ਵਿਚਾਰਧਾਰਾ ਇਹਨਾਂ ਦੀ ਹੈ, ਪਰੰਤੂ ਐਜੂਕੇਸ਼ਨ ਦੇ ਨਾਂ 'ਤੇ ਇੱਕੋ ਸਟੇਜ 'ਤੇ ਇਕੱਠੇ ਰਹਿੰਦੇ। ਇਹ ਜਿਹੜੀ ਉਸ ਵਕਤ ਇੰਨੇ ਉਹ ਪ੍ਰਭਾਵਿਤ ਹੋਏ ਕਿ ਜਿਹੜੀ ਉਹ ਆਪਣੀ ਓਫੀਸ਼ੀਅਲ ਕਾਰ 'ਚ ਆਏ ਸਨ ਓਲਡ ਮੋਬਾਈਲਸ, ਉਹ ਕਾਲਜ ਨੂੰ ਦਾਨ ਦੇ ਕੇ ਚਲੇ ਗਏ ਅਤੇ ਬੱਚੇ ਜਦੋਂ ਤੁਸੀਂ ਐਂਟਰ ਕਰਦੇ ਹੋ ਰਿਸੈਪਸ਼ਨ 'ਤੇ ਉਹ ਸਾਹਮਣੇ ਉਹ ਕਾਰ ਅੱਜ ਵੀ ਇੱਕ ਮਾਨੂਮੈਂਟ ਦੇ ਤੌਰ 'ਤੇ ਉਹ ਖੜ੍ਹੀ ਹੈ ਉਸ ਦੇਸ਼ 'ਚ ਰਾਸ਼ਟਰਪਤੀ ਦੀ ਯਾਦ ਕਰਵਾਉਂਦੀ ਹੈ ਡਾਕਟਰ ਰਾਜਿੰਦਰ ਪ੍ਰਸਾਦ ਜੀ ਜਿਨ੍ਹਾਂ ਨੇ ਉਸ ਵਕਤ ਇਸ ਤੁਹਾਨੂੰ ਆਉਣ ਵਾਲੇ ਜਿਹੜੇ ਵੱਡੇ ਇੰਜੀਨੀਅਰ ਸੀ ਉਹਨਾਂ ਨੂੰ ਸਿਰਦਾ ਕੀਤਾ ਸੀ। ਇਹ ਜਿਹੜਾ ਸਵੇਰੇ ਪ੍ਰਿੰਸੀਪਲ ਸਾਹਿਬ ਨੇ ਜ਼ਿਕਰ ਕੀਤਾ, ਆਪਾਂ ਨੇ ਸ਼ਾਇਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ 'ਚ ਕੀਰਤਨ ਸਰਵਣ ਕੀਤਾ, ਅਰਦਾਸ ਕੀਤੀ ਹੈ, ਆਪਣੀ ਜਿਹੜੀ ਅਰਹਤਾ ਇਸ ਆਪਣੇ ਜੀਵਨ ਦੇ ਜਿਹੜੇ 4 ਸਾਲ ਇੱਥੇ ਤੁਸੀਂ ਬਿਤਾਉਣੇ ਹੈ ਉਹਦੀ ਰਮਤਾ ਦੀ ਤੁਸੀਂ ਅਰਦਾਸ ਉੱਤੇ ਕਰਕੇ ਆਏ ਹੋ ਅਤੇ ਜਿਹੜਾ ਹੁਕਮਨਾਮਾ ਆਇਆ ਸੀ ਉਹ ਸ਼ਾਇਦ ਤੁਸੀਂ ਸਾਰਿਆਂ ਨੇ ਯਾਦ ਰੱਖਣਾ ਸਾਰੀ ਜ਼ਿੰਦਗੀ। ਗੁਰੂ ਤੇਗ ਬਹਾਦਰ ਸਾਹਿਬ ਨੇ ਜਦੋਂ ਇੱਕ ਬੈਲੈਂਸ ਪਰਸਨੈਲਿਟੀ, ਇੱਕ ਬੈਲੈਂਸ ਮਨੁੱਖ ਦੀ, ਇੱਕ ਸੰਪੂਰਨ ਮਨੁੱਖ ਦੀ ਜਿਹੜੀ ਜਦੋਂ ਉਹਨਾਂ ਨੇ ਕਲਪਨਾ ਕੀਤੀ ਸੀ ਉਹ ਹੁਕਮਨਾਮਾ ਅੱਜ ਸਾਨੂੰ ਆਇਆ ਕਿ ਜੋ ਨਾਲ ਦੁੱਖ ਮੈਂ ਦੁੱਖ ਨਹੀਂ ਮੰਨਣਾ, ਸੁੱਖ ਸੁਨੇਹ ਆ ਪੈ ਨਹੀਂ ਜਾਕੇ ਕੱਚਰ ਮਾਠੀ ਮੰਨਣਾ, ਨੈ ਜਿੰਦਿਆ ਨੈ ਉਤਸਵ ਜਾਕੇ ਲੋਭ ਮੋਹ ਅਭਿਮਾਨਾ, ਹਰ ਸੋਗ ਤੇ ਰਹੇ ਨਿਆਰੋ ਨਾਹੇ ਅਪਮਾਨ ਮਾਨ ਅਪਮਾਨਾ, ਆਸਾ ਮਮਤਾ ਸਗੋ ਤਿਆਗੈ ਜਗਤੇ ਰਹੇ ਨਿਰਾਸਾ, ਕਾਮ ਕ੍ਰੋਧ ਜੇ ਪਰਸੇ ਨਾਹੀ ਤੈ ਕਟ ਬ੍ਰਹਮ ਨਿਰਾਸਾ। ਫਿਰ ਅਖੀਰ ਗੁਰੂ ਸਾਹਿਬ ਕਹਿੰਦੇ ਗੁਰ ਕਿਰਪਾ ਜੇ ਨਾਟੋ ਕੀਮੀ ਤੇ ਇਹ ਜੁਗਤ ਪਛਾਣੀ ਨਾਨਕ ਲੀਨ ਪਿਓ ਗੋਬਿੰਦ ਸਿੰਘ ਜੋ ਪਾਣੀ ਸਕ ਪਾਣੀ। ਇੱਕ ਉਹ ਬੈਲੈਂਸ ਮਨੁੱਖ, ਇੱਕ ਜਿਹੜੀ ਸੰਤੁਲਿਤ ਸ਼ਖਸੀਅਤ ਦਾ ਜਿਹੜਾ ਉਹਨਾਂ ਨੇ ਸੁਪਨਾ ਲਿਆ ਕਿ ਜਿਹਦੇ 'ਤੇ ਕੋਈ ਮਾਨ ਅਪਮਾਨ ਦਾ ਅਸਰ ਨਹੀਂ, ਜਿਹਦੇ 'ਤੇ ਕੋਈ ਹੱਥ ਧੋਖ ਦਾ ਅਸਰ ਨਹੀਂ, ਜਿਹਦੇ 'ਤੇ ਉਹ ਜਦੋਂ ਇਹ ਸਾਰੀ ਪਰਮਾਤਮਾ ਦੀ ਸਿਰਜਣਾ ਕਰਕੇ ਫਿਰ ਉਹਦੇ ਵਿੱਚ ਹੀ ਉਸ ਮਾਨ ਦਾ ਜਿਹੜਾ ਇਹ ਸੰਕਲਪ ਹੈ ਇਹ ਆਪਣੇ ਆਪ 'ਚ ਤੁਸੀਂ ਮੈਂ ਸਮਝਦਾ ਤੁਹਾਡੇ ਲਈ ਇੱਕ ਬਲੈਸਿੰਗ ਹੈ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਅੱਜ ਦਾ ਹੁਕਮਨਾਮਾ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਟਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ ਵੱਲੋਂ ਸਾਡੇ ਸਰਕਾਰ ਦੇ ਉਪ ਪ੍ਰਧਾਨ ਰਾਜਿੰਦਰ ਸਿੰਘ ਜੀ ਸ਼ਾਮੀ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਪ੍ਰਧਾਨ ਹਨ, ਉਹਨਾਂ ਵੱਲੋਂ ਸਾਰੇ ਟਰੱਸਟੀਆਂ ਵੱਲੋਂ ਸਮੁੱਚੀ ਮੈਨੇਜਮੈਂਟ ਵੱਲੋਂ ਤੁਹਾਨੂੰ ਗੁਰੂ ਨਾਨਕ ਸਾਹਿਬ ਦੇ ਵਿਹੜੇ 'ਚ
ਤੁਹਾਨੂੰ ਜੀਆਂ ਕਹਿਣਾ। ਹਮੇਸ਼ਾ ਇੱਕ ਗੱਲ ਅਸੀਂ ਕਹਿੰਦੇ ਹਾਂ ਕਿ ਗੁਰੂ ਨਾਨਕ ਦਾ ਵਿਹੜਾ ਇੱਥੇ ਭਾਈ ਲਾਲੋ ਪੜ੍ਹਾਉਂਦੇ ਆ ਅਤੇ ਭਾਈ ਲਾਲੋ ਦੀ ਔਲਾਦ ਇੱਥੇ ਪੜ੍ਹਨ ਆਉਂਦੀ ਹੈ। ਪ੍ਰਿੰਸੀ ਦੋਸਤਾਂ ਨੇ ਜ਼ਿਕਰ ਕੀਤਾ ਹੈ ਕਿ ਜਦੋਂ 70% ਸੀਟਾਂ ਪੇਂਡੂ ਵਿਦਿਆਰਥੀਆਂ ਨੇ ਰਿਜ਼ਰਵ ਕੀਤੀਆਂ ਇਸ ਕਾਲਜ ਦੇ ਵਿੱਚ, ਅਤੇ ਉਦੋਂ ਇੱਕ ਸੁਪਨਾ ਸੀ ਉਸ ਵਕਤ ਦੇ ਦਾਨਸ਼ਵਰਾਂ ਦਾ ਕਿ ਜਿਹੜੇ ਬੱਚੇ ਜਿਨ੍ਹਾਂ ਨੂੰ ਇੰਜੀਨੀਅਰ ਪਤਾ ਨਹੀਂ ਇੰਜੀਨੀਅਰਿੰਗ ਕੀ ਹੁੰਦੀ ਹੈ ਪੇਂਡੂ ਖੇਤਰ ਚੋਂ ਨਿਕਲੇ ਹੋਏ, ਉਹਨਾਂ ਦੇ ਵਿੱਚੋਂ ਕਿਵੇਂ ਕੱਢਣਾ, ਉਹਨਾਂ ਦੇ ਵਿੱਚੋਂ ਟੇਲੈਂਟ ਜਿਹੜਾ ਹੈ ਅੰਦਰਲਾ ਛੁਪਿਆ ਟੇਲੈਂਟ ਕਿਵੇਂ ਕੱਢਣਾ ਹੈ। ਬਹੁਤ ਵਧੀਆ ਡਾਕਟਰ ਹਰਪ੍ਰੀਤ ਕੌਰ ਨੇ ਗੱਲ ਕਹੀ ਸੀ ਕਿ ਤੁਹਾਨੂੰ ਬੈਸਟ ਇਨਵਾਇਰਮੈਂਟ ਕਿਤੇ ਨਹੀਂ ਮਿਲੂ, ਬੈਸਟ ਬਣਨ ਲਈ ਤੁਹਾਨੂੰ ਇਨਵਾਇਰਮੈਂਟ ਕ੍ਰੀਏਟ ਕਰਨਾ ਹੈ। ਤੁਹਾਨੂੰ ਆਈਡੀਅਲ ਸਿਚੁਏਸ਼ਨ ਕਦੀ ਕਿਸੇ ਨੂੰ ਨਹੀਂ ਮਿਲਦੀ ਕਿਉਂਕਿ ਕਿਸੇ ਕੋਲ ਮੁਕੰਮਲ ਜਹਾਂ ਨਹੀਂ ਮਿਲਦਾ, ਕਿਸੇ ਕੋਲ ਜ਼ਮੀਨ, ਕਿਸੇ ਕੋਲ ਆਸਮਾਨ ਨਹੀਂ ਮਿਲਦਾ, ਇਹ ਤੁਹਾਨੂੰ ਕ੍ਰੀਏਟ ਕਰਨਾ ਪੈਂਦਾ। ਜੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਨਾ ਬਣਦਾ, ਨਾ ਉਸ ਵਕਤ ਦੇ ਦਾਨਸ਼ਵਰ ਅਤੇ ਸੁਪਨਾ ਲੈਂਦੇ ਕਿ 70% ਅਸੀਂ ਪੇਂਡੂ ਖੇਤਰ ਤੋਂ ਬੱਚੇ ਲਿਆਉਣੇ ਹਾਂ, ਤਾਂ ਮੈਂ ਸਮਝਦਾ ਕਿ ਡਾਕਟਰ ਸਹਿਜਪਾਲ ਸਿੰਘ ਵੀ ਸ਼ਾਇਦ ਸਾਡੇ ਨਾਲ ਬੈਠੇ ਹੁੰਦੇ। ਅਤੇ ਜਿਹੜੇ ਵੱਡੇ ਵੱਡੇ ਤੁਸੀਂ ਜਦੋਂ ਪੰਜਾਬ ਬਿਜਲੀ ਬੋਰਡ ਜਾਓਗੇ, ਦੇਸ਼ ਦੀ ਏਅਰਫੋਰਸ ਜਾਓਗੇ, ਆਰਮੀ ਜਾਓਗੇ ਜਾਂ ਹੋਰ ਸ਼ਹਿਰੀ ਕੋਈ ਅਜਿਹੀ ਸੰਸਥਾ ਹੋਏਗੀ ਜਿੱਥੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਦੇ ਇੰਜੀਨੀਅਰ ਨਹੀਂ, ਇਕੱਲੀ ਬੋਇੰਗ ਜਿਹੜੀ ਸੰਸਥਾ ਅਤੇ ਦੁਨੀਆਂ ਦੀ ਸਭ ਤੋਂ ਵੱਡੀ ਕੰਪਨੀ ਜਹਾਜ਼ ਬਣਾਉਣ ਵਾਲੀ, ਉਹਦੇ 'ਚ ਵੀ 250 ਦੇ ਕਰੀਬ ਇੰਜੀਨੀਅਰ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਦੀ ਪ੍ਰੋਡਕਟ। ਦੇਸ਼ ਵਿਦੇਸ਼ 'ਚ ਜਿਸ ਕੋਨੇ 'ਚ ਚਲੇ ਜਾਓ ਤੁਹਾਨੂੰ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਦੀ ਪ੍ਰੋਡਕਟ ਮਿਲਣਗੇ। ਅਗਰ ਉਹ ਸਾਰੇ ਬੜੇ ਮਾਣ ਨਾਲ ਕਹਿਣਗੇ ਕਿ ਜੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਨਾ ਹੁੰਦਾ ਤਾਂ ਸ਼ਾਇਦ ਅਸੀਂ ਇੰਜੀਨੀਅਰ ਬਣ ਹੀ ਨਾ ਸਕਦੇ। ਇਹ ਇੱਕ ਬਹੁਤ ਵੱਡਾ ਵਰਦਾਨ ਹੈ, ਤੁਸੀਂ ਅੱਜ ਇਸ ਕਾਲਜ ਦੇ ਵਿੱਚ ਨਾਲ ਜੁੜੇ ਹੋ। 100 ਸਾਲ ਦਾ ਵਿਰਸਾ, 100 ਸਾਲ ਦਾ ਇਤਿਹਾਸ ਤੁਹਾਡੇ ਨਾਲ ਜੁੜ ਗਿਆ। ਤੁਸੀਂ ਅੱਜ ਪਹਿਲਾ ਦਿਨ ਨਹੀਂ ਤੁਹਾਡਾ, ਮੈਂ ਸਮਝਦਾ ਅੱਜ 100 ਸਾਲ ਦਾ ਜਿਹੜਾ ਤੁਹਾਡਾ ਉਹ ਨਾਲ ਪੂਰਾ ਚੱਲਿਆ ਆ ਰਿਹਾ ਨਾਲ ਇਤਿਹਾਸ, ਉਸ ਵਿਰਸੇ ਨੂੰ ਤੁਸੀਂ ਕਿਵੇਂ ਅੱਗੇ ਲੈ ਕੇ ਜਾਣਾ, ਕਿਵੇਂ ਤੁਸੀਂ ਇਹ ਜਿਹੜੀ ਸਾਰੀ ਜੋ ਇਹ ਸੁਪਨਾ ਲਿਆ ਸੀਗਾ ਉਸ ਸੁਪਨੇ ਨੂੰ ਸਾਕਾਰ ਕਰਨਾ, ਕਿਵੇਂ ਹੁਣ ਇਹ ਮੈਡਮ ਕਹਿ ਕੇ ਹਟੇ ਆ ਕਿ ਜਿਹੜੀਆਂ ਤਾਰੀਆਂ ਤੁਸੀਂ ਅੱਜ ਮਾਰੀਆਂ ਉਹ 4 ਸਾਲ ਬਾਅਦ ਤੁਸੀਂ ਆਪਣੇ ਲਈ ਮਾਰੋਗੇ, ਫਿਰ ਦੁਬਾਰਾ ਮਾਰੋਗੇ ਜ਼ੋਰ ਜ਼ੋਰ ਦੇ ਨਾਲ, ਵਧੇ ਜੋਸ਼ ਦੇ ਨਾਲ ਤੁਸੀਂ ਇੱਥੇ ਆ ਕੇ ਫਿਰ ਜਦੋਂ ਵੀ ਜਾਓਗੇ ਕਹੋਗੇ ਆਪਦਾ ਪ੍ਰੋਡਕਟ ਪ੍ਰੋਡਕਟ ਆਫ GME। ਇਹੀ ਸਾਡੀ ਕਾਮਨਾ ਹੈ, ਇਹੀ ਅਰਦਾਸ ਹੈ, ਇਹੀ ਸੱਚੇ ਪਾਤਸ਼ਾਹ ਕੋਲ ਤੁਹਾਡੇ ਉੱਜਲ ਭਵਿੱਖ ਦੇ ਲਈ ਤੁਹਾਨੂੰ ਇਸਦੀ ਕਾਮਨਾ ਕਰਦੇ ਹੋਏ। ਸਾਰੇ ਪੇਰੈਂਟਸ ਜਿੰਨੇ ਵੀ ਆਪਣੇ ਇਸ ਇੰਡਕਸ਼ਨ ਪ੍ਰੋਗਰਾਮ ਦੀ ਸੈਰੇਮਨੀ ਨੂੰ ਦੇਖਣ ਲਈ ਆਏ, ਮੈਂ ਉਹਨਾਂ ਨੂੰ ਵੀ ਮੁਬਾਰਕਬਾਦ ਦਿੰਦਾ ਕਿ ਅੱਜ ਦੀ ਕਨੇਡਾ 'ਚ ਆਈਲੈਂਡ ਕਰਕੇ ਪਲੱਸ ਟੂ ਤੋਂ ਬਾਅਦ ਬਾਹਰਲੇ ਮੁਲਕਾਂ 'ਚ ਭੱਜਣ ਦੀ ਦੌੜ ਦੇ ਵਿੱਚ ਤੁਸੀਂ ਆਪਣੇ ਬੱਚਿਆਂ ਨੂੰ ਇੱਥੇ ਆ ਕੇ ਨਹੀਂ, ਤੁਸੀਂ ਇਸ ਦੇਸ਼ ਵਿੱਚ ਰਹਿ ਕੇ ਤੁਸੀਂ ਆਪਣੀ ਡਿਗਰੀ ਪੂਰੀ ਕਰਨੀ ਹੈ, ਫਿਰ ਆਪਣਾ ਭਵਿੱਖ ਸੋਚਣਾ। ਮੈਂ ਤੁਹਾਨੂੰ ਵੀ ਮੁਬਾਰਕਬਾਦ ਦਿੰਦਾ ਇਸ ਸੋਚ ਨੂੰ। ਅੱਜ ਦੂਜਾ ਦਿਨ ਹੈ ਇੰਡਕਸ਼ਨ ਪ੍ਰੋਗਰਾਮ ਦਾ, ਕੱਲ੍ਹ ਵੀ ਸਾਰੇ ਨਵੇਂ ਵਿਦਿਆਰਥੀ ਜਿਹੜੇ ਆਏ ਸਨ ਉਹਨਾਂ ਨੂੰ ਵੀ ਇਸੇ ਤਰੀਕੇ ਨਾਲ ਕੀਤਾ ਸੀ। ਮੈਂ ਜਿਹੜੀ ਤੁਹਾਡੇ ਲਈ ਕੁਛ ਕਿਸਮ ਦੀ ਐਸ ਜਿਹੜਾ ਅੱਜ ਬੈਚ ਇੱਥੇ ਬੈਠਾ ਹੈ ਕਿ ਸਰ ਰਾਜੇਸ਼ਵਰ ਸਿੰਘ ਜੀ ਤੁਹਾਨੂੰ ਐਡਰੈਸ ਕਰਨਗੇ ਹੁਣ, ਜਿਹੜੇ ਕਿ ਮੈਂ ਜਦੋਂ ਅਸੀਂ ਸੰਪਰਕ ਬੈਠੇ ਗੱਲ ਕਰ ਰਹੇ ਸੀ ਕਿ ਚੋਲਿਆਂ ਵਾਲੇ ਬਾਬੇ ਤਾਂ ਤੁਹਾਨੂੰ ਮਿਲ ਜਾਣਗੇ ਪ੍ਰਵਚਨ ਸੁਣਾਉਣ ਲਈ, ਪਰੰਤੂ ਸੇਮ ਇਨ ਯੂਨੀਫਾਰਮ ਐਸ ਐਸ ਸੀ ਹੁੰਦੇ ਹੋਏ ਇੱਕ ਜਿਹੜੀਆਂ ਗੱਲਾਂ ਇਹਨਾਂ ਨਾਲ ਦਸ ਮਿੰਟ ਆ ਕੇ ਕੀਤੀਆਂ। ਸੁਰਿੰਦਰਜੀਤ ਸਿੰਘ ਜੀ ਪੁੱਛ ਰਹੇ ਸੀ ਕਿ ਤੁਹਾਡਾ ਅੱਜ ਕੱਲ੍ਹ ਡੇਰਾ ਕਿੱਥੇ ਹੈ, ਮੈਂ ਤੁਹਾਡੇ ਡੇਰੇ 'ਚ ਆਉਣਾ।
ਤੇ ਇਹ ਬੜੀ ਆਪਣੇ ਆਪ ਚ ਮਾਣ ਦੀ ਗੱਲ ਹੈ ਤੁਹਾਨੂੰ ਉਹਨਾਂ ਨੂੰ ਸੁਣਨ ਦਾ ਮੌਕਾ ਮਿਲੇਗਾ। ਉਹਨਾਂ ਦੇ ਜਿਹੜੇ ਤਜਰਬੇ ਹੈ, ਉਹਨਾਂ ਦੇ ਜ਼ਿੰਦਗੀ ਦੇ ਸਕਿੱਲਸ ਹੈ, ਜਿਹੜੇ ਉਹਨਾਂ ਨੇ ਸੈਲਫ ਅਕਵਾਇਰਡ ਸਕਿੱਲਸ ਹੈ ਉਹ ਤੁਹਾਡੇ ਨਾਲ ਸਾਂਝੇ ਕਰਨਗੇ। ਸਰ ਜੀਵਨਦੀਪ ਸਿੰਘ ਜੀ ਪਹਿਲਾਂ ਵੀ ਸਾਡੇ ਕੋਲ ਆਉਂਦੇ ਰਹਿੰਦੇ ਆ, ਸਾਡੇ ਆਪਣੇ ਹੀ ਇਸ ਕਾਲਜ ਦੀ ਮਾਣ ਮੱਤੀ ਜਿਹੜੀ ਪ੍ਰਾਪਤੀ ਹੈ ਉਹ ਵੀ ਤੁਹਾਨੂੰ ਆਪਣੇ ਤਜਰਬੇ ਸਾਂਝੇ ਕਰਨਗੇ ਕਿ ਕਿਵੇਂ ਇਸੇ ਕਾਲਜ ਇਸੇ ਕੁਰਸੀਆਂ 'ਤੇ ਬਹਿ ਕੇ ਇਸੇ ਇਲਾਮ ਨਾਲ ਸੁਣ ਕੇ ਅੱਜ ਉਹ ਅਗਲੀਆਂ ਕੁਰਸੀਆਂ 'ਤੇ ਆ ਗਏ ਹੈ। ਅਤੇ ਅਸੀਂ ਚਾਹਾਂਗੇ ਕਿ ਅੱਜ ਤੋਂ 5 ਸਾਲ 10 ਸਾਲ ਬਾਅਦ ਤੁਸੀਂ ਵੀ ਤੁਹਾਡੇ 'ਚੋਂ ਵੀ ਆ ਕੇ ਇੱਥੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਅਤੇ ਗੈਸਟ ਲੈਕਚਰ ਦੇ ਤੌਰ 'ਤੇ ਇੱਥੇ ਆ ਕੇ ਆਉਣ ਵਾਲੀ ਜਿਹੜੀ ਵੱਡੀ ਜਿਹੜੇ ਇੰਜੀਨੀਅਰ ਉਹਨਾਂ ਨੂੰ ਅਡਰੈਸ ਕਰਨਗੇ। ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ, ਸ਼ੁਭ ਇੱਛਾਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।